ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ। ਬਾਬਾ ਨਾਨਕ ਉਤਸਵ ਜਿਹੜਾ ਕਿ 50 ਸਾਲਾਂ ਤੋਂ ਦੇਖਦਾ ਹੈ, ਉਹਦੇ ਸੰਬੰਧ 'ਚ ਗਵਰਨਮੈਂਟ ਆਫ ਪੰਜਾਬ ਵੱਲੋਂ ਜਿਹੜੇ ਆ ਅਹਿਮ ਅਰੇਂਜਮੈਂਟ ਜਿਹੜੇ ਆ ਕਰਾਏ ਜਾ ਰਹੇ। ਟੈਂਟਡ ਸਿਟੀ ਬਣਾਇਆ ਜਾ ਰਿਹਾ 40 ਏਕੜ ਦੇ ਵਿੱਚ। ਟੈਂਟਡ ਸਿਟੀ ਕਿਉਂਕਿ ਇੱਥੇ ਤੁਹਾਨੂੰ ਪਤਾ ਕਿ ਹੋਟਲ ਜਾਂ ਅਦਰ ਅਕੋਮੋਡੇਸ਼ਨ ਜਿਹੜੇ ਸੰਗਤ ਬਾਹਰੋਂ ਆਉਣੀ ਆ ਉਹਦੇ ਲਈ ਇੱਥੇ ਥਾਲ ਉਪਲਬਧ ਨਹੀਂ ਹੈਗੀ, ਉਹਦੇ ਕਰਕੇ ਟੈਂਟਡ ਸਿਟੀ ਬਣਾ ਕੇ ਜਿਹੜੀਆਂ ਅਕੋਮੋਡੇਸ਼ਨ ਪਲੱਸ ਉੱਥੇ ਜੋ ਯੂਟੀਲਿਟੀਜ਼ ਨੇ ਸਾਡੇ ਸੰਗਤ ਲਈ ਸ਼ਰਧਾਲੂਆਂ ਲਈ ਉਹ ਅਸੀਂ ਇੱਥੇ ਅਰੇਂਜਮੈਂਟ ਕਰਵਾ ਰਹੇ ਹਾਂ। ਲਗਭਗ 3500 ਉਹ ਅਕੋਮੋਡੇਟ ਕਰਨ ਵਾਲਾ 3500 ਲੋਕਾਂ ਨੂੰ ਅਕੋਮੋਡੇਟ ਕਰਨ ਵਾਲਾ ਟੈਂਟਡ ਸਿਟੀ ਬਣਾਇਆ ਜਾ ਰਿਹਾ, ਜਿਹਦੀ ਫਸਲ ਦੀ ਕਟਾਈ ਅਸੀਂ ਇੱਥੇ ਨਾਲ ਸ਼ੁਰੂ ਕਰਵਾ ਦਿੱਤੀ ਹੈ। 40 ਏਕੜ ਦੇ ਵਿੱਚ ਟੈਂਟਡ ਸਿਟੀ ਬਣਨਾ ਵਾ ਜਿੱਥੇ ਅਸੀਂ ਇਸ ਵੇਲੇ ਦਾ ਕੰਮ ਸ਼ੁਰੂ ਕਰਵਾਇਆ, ਅਤੇ ਜਿਹਨਾਂ ਕਿਸਾਨਾਂ ਤੋਂ ਜ਼ਮੀਨ ਫਸਲ ਦੇ ਨਾਲ ਲਈ ਜਾ ਰਹੀ ਆ ਉਹਨਾਂ ਨੂੰ 57,000 ਮੁਆਵਜ਼ਾ ਜਿਹੜਾ ਉਹ ਦਿੱਤਾ ਜਾ ਰਿਹਾ, ਅਤੇ ਜਿਹਨਾਂ ਤੋਂ ਫਸਲ ਤੋਂ ਬਗੈਰ ਲੈਣੀ ਆ ਉਹ ਉਹਨਾਂ ਦਾ ਜਿਹੜਾ ਠੇਕਾ ਉਹ ਅਲੱਗ ਹੈਗਾ, ਉਹ 10,000 ਅਸੀਂ ਉਹਨਾਂ ਨੂੰ ਜਿਹੜਾ ਵਾ ਉਹਨਾਂ ਦਾ ਕੰਪਨਸੇਸ਼ਨ ਜਿਹੜਾ ਸੈਪਰੇਟ, ਜਿਹਨਾਂ ਤੋਂ ਵਿਦਾਊਟ ਫਸਲ ਅਸੀਂ ਜ਼ਮੀਨ ਲੈਣੀ। ਇਸ ਦੇ ਸਾਹਮਣੇ 25 ਏਕੜ ਦਾ ਰਕਬਾ ਵਾ, ਉਹਦੇ ਵਿੱਚ ਪੰਡਾਲ ਸੈਟਅਪ ਕੀਤਾ ਜਾਣਾ ਜਿਹਦੇ ਵਿੱਚ ਡੇਰਾ ਬਣਾਉਣਾ ਉਤਸਵ ਨਾਲ ਸੰਬੰਧਿਤ ਵੱਖ ਵੱਖ ਪ੍ਰੋਗਰਾਮ ਜਿਹੜੇ ਆ ਉਹ ਕਰਾਏ ਜਾਣੇ ਆ, ਅਤੇ ਉਹਦਾ ਕੰਮ ਜਿਹੜਾ ਵਾ ਉਹ ਵੀ 15-20 ਦਿਨਾਂ ਦੇ ਵਿੱਚ ਉਹ ਵੀ ਕੰਮ ਜਿਹੜਾ ਉੱਥੇ ਸਟਾਰਟ ਕੀਤਾ ਜਾਣਾ। ਕਦੋਂ ਤੋਂ ਸਮਾਗਮ ਜਿਹੜੇ ਡੇਰਾ ਬਾਬਾ ਨਾਨਕ ਡੇਰਾ ਬਣਾਉਣ ਦੇ ਵਿੱਚ ਜਿਹੜੇ 5 ਨਵੰਬਰ ਔਨਵਰਡਸ ਜਿਹੜੇ ਆ ਉਹ ਸਾਡੇ ਪ੍ਰੋਗਰਾਮ ਸਟਾਰਟ ਹੋ ਜਾਣਗੇ, ਅਤੇ ਟੈਂਟਡ ਸਿਟੀ ਦਾ ਜਿਹੜਾ ਕੰਮ ਹੈ ਉਹ ਤਾਂ ਥੋੜ੍ਹਾ ਲੰਮਾ ਚੱਲੇਗਾ, ਜਿਹੜਾ ਅਦਰਵਾਈਜ਼ ਜਿਹੜੇ ਸਾਡੇ ਜੋ ਪੁਰਬ ਨਾਲ ਰਿਲੇਟਡ ਡੇਰਾ ਬਣਾਉਣ ਉਤਸਵ ਦੇ ਜਿਹੜੇ ਪ੍ਰੋਗਰਾਮ ਨੇ ਉਹ 12-15 ਨਵੰਬਰ ਤੱਕ ਜਿਹੜੇ ਆ ਉਹ ਚੱਲੇ। ਸਰ ਕੀ ਸਹੂਲਤਾਂ ਉੱਥੇ ਸੰਗਤਾਂ ਵਾਸਤੇ ਬਾਹਰੋਂ ਆਉਣੇ ਨੇ ਕੀ ਅਵੇਲੇਬਲ ਹੋਣਗੀਆਂ? ਟੈਂਟਡ ਸਿਟੀ ਦੇ ਸੰਬੰਧ ਤੁਸੀਂ ਗੱਲ ਕਰ ਰਹੇ ਹੋ, ਸਹੂਲਤਾਂ ਉਹਦੇ ਵਿੱਚ ਮੁੱਖ ਤੌਰ 'ਤੇ ਉਹਨਾਂ ਦੇ ਸਟੇਅ ਦਾ ਅਰੇਂਜਮੈਂਟ ਆ ਜਿਹੜਾ ਉਹ ਕਰਾਇਆ ਜਾਣਾ ਵਾ, ਉਸ ਤੋਂ ਇਲਾਵਾ ਟੋਇਲਟ ਬਲੋਕ ਬਣਨੇ ਨੇ ਉੱਥੇ, ਉਸ ਤੋਂ ਇਲਾਵਾ ਪਾਰਕਿੰਗ ਏਰੀਆ ਉੱਥੇ ਅਸੀਂ ਬਣਾ ਰਹੇ ਹਾਂ, ਪੀਣ ਵਾਲੇ ਪਾਣੀ ਦਾ ਪ੍ਰਬੰਧ ਜਿਹੜਾ ਪਲੱਸ ਉੱਥੇ ਉਹਨਾਂ ਦਾ ਖਾਣੇ ਦਾ ਪ੍ਰਬੰਧ ਲੰਗਰ ਦਾ ਪ੍ਰਬੰਧ ਜਿਹੜਾ ਉਹ ਉੱਥੇ ਕੀਤਾ ਜਾਣਾ, ਸੇਫਟੀ ਨੂੰ ਵੇਖਦੇ ਹੋਏ ਪੁਲਿਸ ਬਲੋਕ ਬਣਾਇਆ ਜਾਣਾ, ਅਤੇ ਲੋਕਾਂ ਨੂੰ ਜਿਹੜਾ ਗਾਈਡ ਕਰਨ ਲਈ ਹੈਲਪ ਡੈਸਕ ਵਗੈਰਾ ਉਹ ਇੱਕ ਸਿਵਲ ਉੱਥੇ ਬਲੋਕ ਬਣਾਇਆ ਜਾਣਾ ਜਿੱਥੇ ਕਿਸੇ ਨੇ ਕੋਈ ਜਾਣਕਾਰੀ ਲੈਣੀ ਆ ਤਾਂ ਉੱਥੇ ਲੈ ਸਕਦਾ। ਟੈਂਟ ਸਿਟੀ ਕਿੰਨੇ ਸ਼ਰਧਾਲੂਆਂ ਲਈ ਬਣਾਈ ਜਾ ਰਹੀ? ਟੈਂਟ ਸਿਟੀ ਜਿਹੜੀ ਆ ਰਾਤ ਰਹਿਣ ਲਈ ਜਿਹੜਾ ਉੱਥੇ ਪ੍ਰਬੰਧ ਆ ਉਹ 3500 ਦੇ ਕਰੀਬ ਸੰਗਤ ਦਾ ਜਿਹੜਾ ਉੱਥੇ ਕੀਤਾ ਜਾ ਰਿਹਾ, ਬਾਕੀ ਜਿਹੜੇ ਦੂਸਰੇ ਪ੍ਰਬੰਧ ਨੇ ਲੰਗਰ ਦੇ ਅਤੇ ਅਦਰਵਾਈਜ਼ ਜਿਹੜੇ ਉਹਨਾਂ ਲੋਕਾਂ ਲਈ ਸਹੂਲਤਾਂ ਦੇਣ ਲਈ ਜਾਂ ਟੋਇਲਟ ਬਲੋਕ ਨੇ ਜਾਂ ਪਾਰਕਿੰਗ ਦੀ ਫੈਸਿਲਿਟੀ ਆ ਉਹ ਜਿਵੇਂ ਜਿਵੇਂ ਸੰਗਤ ਆਈ ਜਾਏਗੀ ਉਹਨਾਂ ਲਈ ਲੋੜੀਂਦੇ ਪ੍ਰਬੰਧ ਉਸ ਤਰੀਕੇ ਨਾਲ ਜਿਹੜੇ ਉੱਥੇ ਕਰਦੇ। ਅਤੇ ਮੈਡੀਕਲ ਸੁਵਿਧਾਵਾਂ? ਮੈਡੀਕਲ ਸੁਵਿਧਾ ਦੇ ਸੰਬੰਧ 'ਚ ਜਿਹੜੇ ਸਾਡੇ ਜਿਹੜਾ ਮੈਡੀਕਲ ਇੱਥੇ CHC ਡੇਰਾ ਬਾਬਾ ਨਾਨਕ ਹੈ ਇਹਨੂੰ ਵੀ ਅਪਗ੍ਰੇਡ ਕੀਤਾ ਜਾ ਰਿਹਾ, ਇਸ ਤੋਂ ਇਲਾਵਾ ਡੈਡੀਕੇਟਿਡ ਮੈਡੀਕਲ ਟੀਮਸ ਜਿਹੜੀਆਂ ਵਾ ਉਹ ਅਸੀਂ ਹਰ ਐਂਟਰੀ ਪੁਆਇੰਟ ਉੱਤੇ ਪਲੱਸ ਲਾਂਘੇ ਦੀ ਜਗ੍ਹਾ ਉੱਤੇ ਪਲੱਸ ਸ਼ਹਿਰ ਦੇ ਜਿੱਥੇ ਸੰਗਤ ਦਾ ਜ਼ਿਆਦਾ ਆਉਣ ਜਾਣ ਹੋਊਗਾ ਉੱਥੇ ਮੈਡੀਕਲ ਟੀਮਸ ਡੈਡੀਕੇਟਿਡ ਜਿਹੜੀਆਂ ਨੇ ਉਹ ਲਾਈਆਂ ਜਾਣੀਆਂ ਅੰਡਰ ਸੁਪਰਵਿਜ਼ਨ ਆਫ ਮੈਡੀਕਲ ਆਫਿਸਰ, ਓਵਰਆਲ ਸੁਪਰਵਿਜ਼ਨ ਸਿਵਲ ਸਰਜਨ ਵੱਲੋਂ ਜਿਹੜੀ ਕੀਤੀ ਜਾਣੀ।